ਕੱਲ੍ਹ ਮੇਰੀ ਪੁਲਿਸ ਪਾਰਟੀ ਦੇ ਵਿੱਚ ਰਾਜਕੁਮਾਰ ਲੀਡ ਕਰ ਰਿਹਾ ਸੀ। ਉਹ ਗਸ਼ਤ ਕਰਦਾ ਹੋਇਆ ਜਦੋਂ ਪਸਨਾਵਾਲ ਸਾਈਡ ਨੂੰ ਗਿਆ ਆ ਅਤੇ ਉੱਥੋਂ ਇੱਕ ਕਾਰ PB06T 2178 ਫੋਰਡ ਫਿਗੋ ਜਿਹੜੀ ਆ ਅੱਗੋਂ ਆਉਂਦੀ ਇਹਨਾਂ ਨੂੰ ਦਿਖਾਈ ਦਿੱਤੀ ਹੈ ਅਤੇ ਯਕਦਮ ਹੀ ਉਹਨਾਂ ਨੇ ਗੱਡੀ ਨਾ ਮੋੜਨ ਦੀ ਕੋਸ਼ਿਸ਼ ਕੀਤੀ ਪਿੱਛੇ ਨੂੰ। ਫਿਰ ਪੁਲਿਸ ਪਾਰਟੀ ਨੇ ਪਿੱਛਾ ਕਰਕੇ ਉਹਨੂੰ ਰੋਕ ਕੇ ਅਤੇ ਉਹਨਾਂ ਦਾ ਨਾਮ ਪਤਾ ਮਤਲਬ ਪੁੱਛਿਆ, ਜਦ ਕਿ ਜਿਹੜਾ ਡਰਾਈਵਰ ਸੀਗਾ ਉਹਦੇ ਵਿੱਚ ਉਹਨੇ ਇੱਕ ਕਾਂਸਟੇਬਲ ਦੀ ਯੂਨੀਫਾਰਮ ਪਾਈ ਹੋਈ ਸੀ ਜਿਸ ਦਾ ਨਾਮ ਮਨਦੀਪ ਸਿੰਘ ਸਾਨੋ ਪ੍ਰੀਤਮ ਸਿੰਘ ਪਿੰਡ ਗੁਣੀਆਂ ਅਤੇ ਜਿਸ ਦਾ ਬੈਲਟ ਨੰਬਰ 18 ਵਾ, ਜ਼ਿਲ੍ਹਾ ਗੁਰਦਾਸਪੁਰ ਦੇ ਨਾਲ ਉਹ ਸੰਬੰਧਿਤ ਹੈਗਾ, ਜਿਹਦੀ ਡਿਊਟੀ ਪੁਲਿਸ ਲਾਈਨ ਗੁਰਦਾਸਪੁਰ ਵਿੱਚ ਹੋਣੀ ਉਹਨੇ ਦੱਸੀ ਹੈ। ਅਤੇ ਉਹਦੇ ਨਾਲ ਇੱਕ ਜਿਹੜਾ ਲੜਕਾ ਸੀਗਾ ਰਮਨ ਕੁਮਾਰ ਪੁੱਤਰ ਕਮਲ ਕੁਮਾਰ ਵਾਸੀ ਜੋੜਾ ਛਤਰਾਂ ਜੋ ਸਾਂਸੀ ਬਰਾਦਰੀ ਨਾਲ ਸੰਬੰਧ ਰੱਖਦਾ ਵਾ ਮਾਲੂਮ ਹੋਇਆ। ਅਤੇ ਉਹ ਜਦੋਂ ਗੱਡੀ ਦੀ ਸਰਚ ਕੀਤੀ ਹੈ ਅਤੇ ਉਹਨਾਂ ਦੇ ਵਿੱਚੋਂ ਜਿਹੜੀ ਆ ਕਰੀਬ 9 ਕੈਨ ਜਿਹੜੇ ਸ਼ਰਾਬ ਨਜਾਇਜ਼ ਜਿਹੜੀ ਬਰਾਮਦ ਹੋਈ ਆ ਜੋ ਆਪਾਂ ਕਬਜ਼ਾ ਪੁਲਿਸ ਵਿੱਚ ਲੈ ਕੇ ਅਤੇ ਮੁਕੱਦਮਾ ਦਰਜ ਕਰਕੇ ਤਫਤੀਸ਼ ਸ਼ੁਰੂ ਕੀਤੀ ਗਈ ਹੈ। ਅਤੇ ਇਹ ਵੱਖ ਵੱਖ ਪਹਿਲੂਆਂ 'ਤੇ ਦੇਖ ਰਹੇ ਵੀ ਇਹ ਜਿਹੜਾ ਕਾਂਸਟੇਬਲ ਆ ਇਹ ਮਤਲਬ ਯੂਨੀਫਾਰਮ ਵਿੱਚ ਜਾ ਕੇ ਅਤੇ ਉਹ ਇੱਕ ਨਸ਼ੇ ਦੀ ਜਿਹੜੀ ਤਸਕਰੀ ਕਰ ਰਿਹਾ ਵਾ ਉਹਦੇ ਸੰਬੰਧ ਵਿੱਚ ਜਿਹੜਾ ਅੱਜ ਅਸੀਂ ਕੋਰਟ ਵਿੱਚ ਪੇਸ਼ ਕਰਕੇ ਉਹਦਾ ਜਿਹੜਾ ਰਿਮਾਂਡ ਹਾਸਲ ਕੀਤਾ, ਪੁੱਛਗਿੱਛ ਕਰ ਰਹੇ ਹਾਂ ਵੀ ਇਹਦੀਆਂ ਜਿਹੜੀਆਂ ਤਾਰਾਂ ਨਾਲ ਕਿਤੇ ਕਿਤੇ ਨਾਲ ਜੁੜੀਆਂ ਹੋਈਆਂ ਨੇ। ਅਤੇ ਬਾਕੀ ਜੋ ਵੀ ਤੱਥ ਸਾਹਮਣੇ ਆਉਣਗੇ ਉਹਦੇ ਮੁਤਾਬਕ ਜਿਹੜੀ ਆ ਉਹ ਤਫਤੀਸ਼ ਅਮਲ 'ਚ ਲਿਆਂਦੀ ਜਾਊਗੀ। ਅਤੇ ਇਹਦੇ ਸੰਬੰਧ ਵਿੱਚ ਜਿਹੜੀ ਮਾਨਯੋਗ SSP ਸਾਹਿਬ ਬਹਾਦਰ ਉਹਨਾਂ ਨੂੰ ਜਿਹੜਾ ਵਾ ਲਿਖ ਕੇ ਭੇਜ ਦਿੱਤਾ ਗਿਆ ਆ। ਇਹ ਜਿਹੜਾ ਨਸ਼ਿਆਂ ਦੇ ਖਿਲਾਫ਼ ਮੁਹਿੰਮ ਆ ਇਹ ਮਾਨਯੋਗ SSP ਸਾਹਿਬ ਦੀਆਂ ਸਾਨੂੰ ਸਖ਼ਤ ਹਦਾਇਤਾਂ ਨੇ ਕਿ ਤੁਹਾਡੇ ਏਰੀਏ ਦੇ ਵਿੱਚ ਕੋਈ ਵੀ ਨਸ਼ਾ ਜਿਹੜਾ ਉਹ ਨਾ ਵਿਕਣਾ ਚਾਹੀਦਾ ਅਤੇ ਨਾ ਹੀ ਉਹਦੀ ਜਿਹੜੀ ਆ ਕਸੀਦ ਹੋਣਾ ਚਾਹੀਦਾ। ਇਸੇ ਮੁਹਿੰਮ ਦੇ ਵਿੱਚ ਹੀ ਜਿਹੜਾ ਇਹ ਆਪਾਂ ਜਿਹੜੀ ਕਾਰਵਾਈ ਕਰਕੇ ਅਤੇ ਵੱਡੀ ਮਾਤਰਾ ਵਿੱਚ ਕਰੀਬ 400 ਬੋਤਲ ਸ਼ਰਾਬ ਨਜਾਇਜ਼ ਜਿਹੜੀ ਆ ਉਹ ਬਰਾਮਦ ਕੀਤੀ ਆ ਅਤੇ ਅੱਗੋਂ ਤਫਤੀਸ਼ ਜਾਰੀ ਹੈ।